ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ 'ਚ। ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਮਸ਼ਹੂਰ ਸਿੰਗਰ ਪੱਪੂ ਮਾਨ ਦੇ ਬਾਰੇ ਵਿੱਚ। ਜੀ ਹਾਂ ਦੋਸਤੋ, ਜਿੱਥੇ ਕਿ ਪੱਪੂ ਮਾਨ ਨੇ 2019 ਵਿੱਚ ਬਣਾਤਾ ਇੱਕ ਨਵਾਂ ਰਿਕਾਰਡ। ਪੱਪੂ ਮਾਨ ਨੇ ਦੋਸਤੋ ਇਸ ਸਾਲ 35 ਲਾਈਵ ਸ਼ੋ, 18 ਅਖਾੜੇ, 17 ਵਿਆਹ ਸਿਰਫ ਪੱਪੂ ਮਾਨ ਵੱਲੋਂ ਕਿਸੇ ਹੋਰ ਸਿੰਗਰ ਦੇ ਅਖਾੜੇ 30 ਤੋਂ ਵੱਧ ਨਹੀਂ ਲੱਗੇ। ਇਸ ਵਿੱਚ ਸਿਰਫ ਪੱਪੂ ਮਾਨ ਹੀ ਸਭ ਤੋਂ ਅੱਗੇ ਨੇ। 2019 ਵਿੱਚ ਪੱਪੂ ਮਾਨ ਨੇ 94 ਨਵੇਂ ਫੈਨਾਂ ਨੇ ਬਣਾਏ ਟੈਟੂ, ਜੋ ਕਿ ਦੋਸਤੋ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬਹੁਤ ਜ਼ਿਆਦਾ ਨੇ। ਇਸ ਸਾਲ ਦੋਸਤੋ ਪੱਪੂ ਮਾਨ ਨੇ 28 ਇੰਟਰਵਿਊ ਇੱਕ ਸਾਲ ਵਿੱਚ ਦਿੱਤੇ, ਜੋ ਕਿ ਬਹੁਤ ਜ਼ਿਆਦਾ ਨੇ ਪਿਛਲੇ ਸਾਲ ਦੇ ਮੁਕਾਬਲੇ। ਮਾਰਚ ਦੇ ਮਹੀਨੇ ਵਿੱਚ ਦਿੱਬੜਾ ਵਿੱਚ ਹੋਏ ਇੱਕ ਵੱਡੇ ਇਕੱਠ 'ਚ, ਜਿੱਥੇ ਦੋਸਤੋ 4 ਲੱਖ ਦੇ ਇਕੱਠ ਨੇ ਦੁਨੀਆ ਦਾ ਪਹਿਲਾ ਅਖਾੜਾ ਬਣਾ ਦਿੱਤਾ। ਏਸ਼ੀਆ ਦਾ ਬੈਸਟ ਸਿੰਗਰ ਅਤੇ ਲਿਖਾਰੀ ਇੰਡੀਆ ਵਿੱਚੋਂ ਸਿਰਫ ਪੱਪੂ ਮਾਨ ਨੂੰ ਹੀ ਦੂਸਰਾ ਖਿਤਾਬ ਮਿਲਿਆ। ਅੱਜ ਤੱਕ ਕਿਸੇ ਵੀ ਪੰਜਾਬੀ ਕਲਾਕਾਰ ਨੂੰ ਇਹ ਸਥਾਨ ਨਹੀਂ ਮਿਲਿਆ। 2019 ਵਿੱਚ ਸਭ ਤੋਂ ਘੱਟ ਗਾਣੇ ਅਤੇ ਸਭ ਤੋਂ ਵੱਧ ਅਖਾੜੇ ਲਗਾਉਣ ਦਾ ਖਿਤਾਬ ਵੀ ਪੱਪੂ ਮਾਨ ਦੇ ਨਾਮ ਹੀ ਹੈ। ਅਤੇ ਦੋਸਤੋ ਇਸ ਤਰ੍ਹਾਂ ਦੀਆਂ ਲੇਟੈਸਟ ਨਿਊਜ਼ ਦੇਖਣ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਦਿਉ, ਨਾਲ ਹੀ ਦੱਬ ਦਿਉ ਘੰਟੀ ਤਾਂ ਕਿ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਜਾਏ। ਦੋਸਤੋ ਇਹ ਸੀਗੀ ਪੱਪੂ ਮਾਨ ਦੇ ਨਾਮ 2019 ਦੇ ਕੁਝ ਬੈਸਟ ਰਿਕਾਰਡ ਜੋ ਕਿ ਪੱਪੂ ਮਾਨ ਨੇ 2019 ਵਿੱਚ ਬਣਾਏ ਹਨ। ਅਤੇ ਦੋਸਤੋ ਕਿੱਦਾਂ ਲੱਗਿਆ ਤੁਹਾਨੂੰ?